ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵੈਲਕਮ ਟੂ ði ਸਪੈਸ਼ਲ ਜਰਨੀ ਜਿਸ ਤਰ੍ਹਾਂ ਆਪ ਜੀ ਦੇ ਨਾਲ ਪਿਛਲੇ ਐਪੀਸੋਡ ਦੇ ਵਿੱਚ ਅਜੂਰ ਮਹਾਰਾਜ ਜੀ ਦੇ 190 ਨਵਾਸਥਾਨ ਜਿੱਦੋਂ ਮਹਾਰਾਜ ਜੀ ਦਸੰਬਰ 24 ਦਸੰਬਰ 1979 190 ਹੈਮਸਟਰ ਰੋਡ ਬਰਮਿੰਗਮ ਇੱਥੇ ਪੁੱਜੇ ਸੀਗੇ ਤੇ ਇਹ ਉਹ ਜਗਾ ਜਿੱਥੇ ਦਾਸ ਬੈਠਾ ਪਿੱਛੇ ਗੱਦੀ ਸੱਚੀ ਹੋਈ ਹੈ ਤੇ ਇਥੇ ਗੱਦੀ ਤੇ ਬੈਠ ਕੇ ਹਜ਼ੂਰ ਮਹਾਰਾਜ ਜੀ ਨੇ ਪਹਿਲਾ satsang kirtan ਢੱਬੇ ਦਾ ਕੀਰਤਨ ਤੇ ਲੋਕਾਂ ਦੇ ਦੁੱਖ ਸੁੱਖ ਸੁਣਨੇ ਤੇ ਇਸ ਥਾਂ ਤੋਂ ਇਹ ਇਹ ਜਿਹੜਾ ਆਪ ਜੀ ਲਾਲੋ ਇੰਡੀਆ ਤੋਂ ਬਾਹਰ ਮਿਸ਼ਨ ਦੀ ਸ਼ੁਰੂਆਤ ਹੋਈ ਸੀਗੀ ਤੇ ਇਸ ਦਰਬਾਰ ਚ ਔਰ ਇਸ ਕਾਰ ਚ 11 ਨਵੰਬਰ 1987 ਲਾਸਟ ਹਯੂਰ ਮਹਾਰਾਜ ਜੀ ਜਦੋਂ ਸੌਥ ਹਾਲ ਸੱਜਣ ਦੇ ਗਏ ਆ ਤੇ ਇੱਥੋਂ ਹੀ ਗਏ ਸੀ ਲਾਸਟ ਸੋ ਇਹ ਉਹ ਜਗਾ ਆਪ ਜੀ ਕਹਿ ਸਕਦੇ ਹੋ ਉੱਪਰ ਇਸ ਤੇ ਹਯੂਰ ਮਹਾਰਾਜ ਜੀ ਦਾ ਬੈਡਰੂਮ ਹੈ ਤੇ ਇਹ ਥੱਲੇ ਜਗਾ ਜਿੱਥੇ ਕੀਰਤਨ ਦਰਵਾ ਰਹੇ ਸੀ ਜਦੋਂ 11 ਚਰਚਿਲ ਰੋਡ ਬਰਮਿੰਗਮ ਡੇਰਾ ਲਿਆ ਗਿਆ ਸੰਗਤ ਦੇ ਸਹਿਯੋਗ ਨਾਲ ਉਹਦੇ ਵਿੱਚ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਸੀ ਖਾਸ ਕਰਕੇ 190 ਫੈਮਿਲੀ ਦਾ ਬਹੁਤ ਵੱਡਾ ਸਹਿਯੋਗ ਸੀ ਉਹਦੇ ਵਿੱਚ ਕਿਉਂ ਰੱਬ ਜੋ ਚਾਹੇ ਉਹ ਕਰ ਸਕਦਾ ਪਰ ਉਹ ਆਪ ਨਹੀਂ ਕਰਦਾ ਉਹ ਕਰਵਾਉਂਦਾ ਕਰਵਾਉਣ ਵਾਸਤੇ ਫਿਰ ਉਹ ਆਪਣੇ ਪਿਆਰੇ ਲੱਭਦਾ ਤੇ ਉਹਨਾਂ ਨੂੰ ਡਿਊਟੀਆਂ ਦਿੰਦਾ ਇਸ ਲਈ ਇਹ ਪਰਿਵਾਰ ਜੋ ਕਿ ਬਹੁਤ ਵੱਡਾ ਪਰਿਵਾਰ ਸੀ ਤੇ ਕੀ ਕਹਿੰਦੇ ਕਿ ਦਿਲ ਵੀ ਵੱਡਾ ਉਹ ਦੇ ਦਿੰਦਾ ਤੇ ਇੱਕ ਵਾਰੀ ਮੈਂ ਹਜੂਰ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਜੀ ਇਹ ਪੈਸਿਆਂ ਦਾ ਸਿਲਸਿਲਾ ਕਿੱਦਾਂ ਹੈ ਕਿ ਪੈਸੇ ਕਿੱਦਾਂ ਆਉਂਦੇ ਨੇ ਪੈਸੇ ਕਿੱਥੋਂ ਆਉਂਦੇ ਨੇ ਹੁਣ ਜਿੱਦਾਂ ਫੋਰਨ ਚ ਤੁਸੀਂ ਆਇਓ ਤੇ ਇੱਥੇ ਕੁਝ ਫੈਮਲੀਆਂ ਨੇ ਆਪ ਜੀ ਉਹਨਾਂ ਨੂੰ ਜੋ ਕਹਿੰਦੇ ਉਹ ਕਰਦੇ ਆ ਤੇ ਪਹਿਲਾਂ ਕੁਝ ਨਹੀਂ ਸੀ ਪਰ ਆਪ ਜੀ ਨੇ ਕਿਰਪਾ ਕੀਤੀ ਤੇ ਬਰਕਤਾਂ ਆ ਗਈਆਂ ਰਹਿਮਤਾ ਹੋ ਗਈਆਂ ਖਾਸ ਕਰਕੇ 190 ਫੈਮਿਲੀ ਪਰਿਵਾਰ ਇਹ افریقا ਤੋਂ ਆਏ ਸੀ ਉੱਥੇ ਬਹੁਤ ਵੱਡਾ ਬਿਜ਼ਨਸ ਸੀ ਕਾਰੋਬਾਰ ਸੀਗਾ ਪਰ ਜਦੋਂ ਇੱਥੇ ਆਏ ਤੇ ਖਾਲੀ ਹੱਥ ਆਣਾ ਪਿਆ ਉੱਥੇ ਕੋਈ ਪ੍ਰੋਬਲਮ ਹੋ ਗਈ ਸੀ ਤੇ ਹਜੂਰ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਐਸ ਐਨ ਡੀ ਇਲੈਕਟ੍ਰੀਕਲ ਹੋਰ ਸੇਲਰ ਹਜੂਰ ਮਹਾਰਾਜ ਜੀ ਨੇ ਨਾਂ ਦਿੱਤਾ ਐਸ ਐਨ ਡੀ ਸੱਚਖੰਡ ਨਾਨਕ ਤਾਂ ਤੇ ਜਿੱਥੇ ਅੱਜ ਸ਼ਾਪ ਹੈ bizness ਹੈ ਤੇ ਉਹ ਸਾਰੀ ਬਿਲਡਿੰਗ ਕੀ ਹੋਰ ਕਿੰਨੀਆਂ ਬਿਲਡਿੰਗਾਂ ਉਹਦੇ ਸਰਾਊਂਡ ਹੈ ਜਿਨ੍ਹਾਂ ਦੇ ਇਹ ਆਪਣੇ ਮਾਲਕ ਨੇ ਪੱਲੀਪਾਜੀ ਤੇ ਇਹ ਤਿੰਨੇ ਬ੍ਰਦਰ ਪੱਲੀਪਾਜੀ ਨੰਨਾ ਪਾਜੀ ਤੇ ਮੀਤ ਪਾਜੀ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਮਹਾਰਾਜ ਜੀ ਨੇ ਉਹ ਬਰਕਤਾਂ ਇਹਨਾਂ ਦੀ ਝੋਲੀ ਸਪਾਈਆਂ ਕੇ ਪਿੱਛੇ ਮੁੜ ਕੇ ਦੇਖਣ ਦਾ ਸਮਾਂ ਨਹੀਂ ਦਿੱਤਾ। ਸੁਜਦਮਨ ਨੇ ਕਿਹਾ ਕਿ ਮਹਾਰਾਜ ਜੀ ਪੈਸੇ ਫਿਰ ਮਹਾਰਾਜ ਜੀ ਕਹਿੰਦੇ ਕਿ ਖਜ਼ਾਨਾ ਮੈਂ ਕਿਹਾ ਜੀ ਤੁਸੀਂ ਕਹਿੰਦੇ ਸੀ ਕੋਈ ਲੋਨੀ ਖਜ਼ਾਨਾ ਜਿੱਥੇ ਚਿੱਟਾ ਨਿਸ਼ਾਨ ਸਾਹਿਬ ਸਰੋਵਰ ਦੇ ਕੰਢੇ ਲੱਗਿਆ ਹੈ ਕਿ ਉੱਥੇ ਖਜ਼ਾਨਾ ਹੈਗਾ ਤੇ ਖਜ਼ਾਨਾ ਮੈਂ ਕਿਹਾ ਮਹਾਰਾਜ ਜੀ ਕਿ ਪੈਸੇ ਦੀ ਬਹੁਤ ਜ਼ਰੂਰਤ ਹੈ ਤੇ ਆਪ ਜੀ ਇੱਥੋਂ ਖਜ਼ਾਨਾ ਕਢ ਲਓ ਤੇ ਮਹਾਰਾਜ ਜੀ ਹਸ ਲੱਪੇ ਕਹਿੰਦੇ ਠੀਕ ਆ ਵਾਈ ਦਿਆ ਕਹਿੰਦੇ ਖਜ਼ਾਨਾ ਜਿੱਥੇ ਅਸੀਂ ਚਾਹਦੇ ਹਾਂ ਉਧਰ ਇਹ ਤੁਰ ਪੈਂਦਾ ਸੋ ਇਸ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਸ਼ਾਇਦ ਆਪ ਜੀ ਨੂੰ ਵੀ ਨਹੀਂ ਹੋਏਗੀ ਕਿਉਂਕਿ ਰੱਬੀ ਗੱਲਾਂ ਅਸੀਂ ਨਹੀਂ ਸਮਝ ਸਕਦੇ ਜਦੋਂ ਇੱਥੇ ਇੱਥੇ ਆਪਣਾ ਇੰਗਲੈਂਡ ਚ ਆਏ ਤੇ ਇੱਥੇ 3-4 ਹੋਰ ਫੈਮਿਲੀਆਂ ਨੇ ਆਪਣੇ ਛੱਡਾ ਪਰਿਵਾਰ ਨੇ ਡਾਕਟਰ ਸਾਹਿਬ ਹੋਰ ਕਿੰਨੇ ਨੇ ਆਪਣੇ ਪਿਆਰੇ ਕਿ ਮੈਂ ਮਤਲਬ ਕੀ ਜੇ ਬੋਲਣ ਲੱਗਾ ਤੇ ਪੂਰੀ ਲਿਸਟ ਹੀ ਭਰ ਜੇ ਕੁਝ ਚੀਜ਼ਾਂ ਜੱਗੀ ਹੁੰਦੀਆਂ ਉਹ ਜੱਗੀ ਅਸੀਂ ਲੋਕੀ ਸੇਵਾ ਕਰਦੇ ਆਂ ਕੁਝ ਰੱਬੀ ਹੁੰਦੀਆਂ ਕੋਈ ਤਨ ਮਨ ਦੇ ਨਾਲ ਸੇਵਾ ਕਰਦਾ ਤੇ ਕੋਈ ਤਨ ਦੇ ਨਾਲ ਕਰਦਾ ਸੋ ਹਜੂਰਾ ਮਹਾਰਾਜ ਜੀ ਕਹਿੰਦੇ ਕਿ ਤਨ ਵੀ ਇਸ ਮਿਸ਼ਨ ਨੂੰ ਚਾਹੀਦਾ ਹਰ ਮਿਸ਼ਨ ਨੂੰ ਚਾਹੀਦਾ ਰੱਬ ਨੂੰ ਚਾਹੀਦਾ ਉਹਨੂੰ ਨਹੀਂ ਚਾਹੀਦਾ ਉਹਦੇ ਬੰਦਿਆਂ ਨੂੰ ਉਹਦੀਆਂ ਗਾਂ ਜੋ ਦਰਬਾਰ ਚਲਾਉਣ ਵਾਸਤੇ ਤਨ ਚਾਹੀਦਾ ਫਿਰ ਮਹਾਰਾਜ ਜੀ ਕਹਿੰਦੇ ਕਿ ਅਸੀਂ ਉਹ ਮਣੀ ਜਿੱਥੇ ਉਹ ਲక్ష్ਮੀ ਨੂੰ ਚਾਹੀਏ ਉੱਥੇ ਚਲੀ ਜਾਂਦੀ ਹੈ ਉਹ ਇਦਾਂ ਕਿ ਜਿਹੜੇ ਸੇਵਕ ਨੂੰ ਅਸੀਂ ਵਰ ਦੇ ਦਈਏ ਕਹਿ ਦਈਏ ਜਾ ਆ ਕਾਰੋਬਾਰ ਖੋਲ ਲੈ ਜਾਂ ਤੂੰ ਇਦਾਂ ਕਰ ਲੈ ਤੇ ਉਹਦੇ ਘਰ ਚ ਲਹਿਰਾਂ ਬਹਿਰਾਂ ਸ਼ੁਰੂ ਹੋ ਜਾਂਦੀਆਂ ਮੈਨੂੰ ਯਾਦ ਆ ਮੈਂ ਐਸਐਨਡੀ ਤੇ ਸੀ 1983 ਦੀ ਸ਼ਾਇਦ ਗੱਲ ਹੈਗੀ ਹੈ ਮੇਰਾ ਵਿਆਹ ਹੋਇਆ ਸੀ ਤੇ ਉਦੋਂ ਮਹਾਰਾਜ ਕਹਿੰਦੇ ਉੱਥੇ ਜਾਇਆ ਕਰ ਤੇ ਹਯੂਰ ਮਹਾਰਾਜ ਜੀ ਆਏ ਸੀ ਤੇ ਉਹਨਾਂ ਨੇ ਪੈਨ ਮੰਗਿਆ ਤੇ ਮਾਰਕਰ ਦੂਸਰਾ ਪੈਨ ਦਿੱਤਾ ਕਹਿੰਦੇ ਨੇ ਮੋਟਾ ਪੈਨ ਦੇ ਉੱਤੇ ਮਹਾਰਾਜ ਜੀ ਨੇ ਮਾਰਕਰ ਪੈਨ ਮੋਟਾ ਲੈ ਕੇ ਇੱਥੇ ਅੰਦਰ ਵੜਦਿਆਂ ਜਿੱਥੇ ਕਾਊਂਟਰ ਲੱਗੇ ਉਹਦੇ ਸਾਹਮਣੇ ਕੰਧ ਸੀ ਉੱਥੇ ਮਹਾਰਾਜ ਜੀ ਨੇ ਸ਼ਬਦ ਲਿਖਿਆ ਉਹ ਸ਼ਬਦ ਲਿਖ ਕੇ ਮਹਾਰਾਜ ਜੀ ਚਲੇ ਗਏ ਸੀ ਤੇ ਦਾਸ ਨੂੰ ਉਦੋਂ ਹੀ ਮਨ 'ਚ ਆ ਗਿਆ ਸੀਗਾ ਕਿ ਇੱਥੇ ਹੁਣ ਲక్ష్ਮੀ ਦਾ ਵਾਸ ਹੋ ਗਿਆ ਕਿਉਂਕਿ ਉਹ ਸ਼ਬਦ ਅੱਗੇ ਵੀ ਮਹਾਰਾਜ ਜੀ ਨੇ ਇੱਕ ਅਦੀ ਵਾਰ ਇੰਡੀਆ 'ਚ ਕਿਸੇ ਨੂੰ ਦਿੱਤਾ ਸੀ ਤੇ ਲਿਖਿਆ ਵੀ ਸੀਗਾ ਉਹ ਰੋ ਬੰਦੇ ਲਹਿਰਾ ਬਹਿਰਾ ਹੋ ਗਏ ਪਰ ਉਹਨਾਂ ਦਾ ਮਹਾਰਾਜ ਜੀ ਕੋਲ ਆਉਣ ਵਾਸਤੇ ਟਾਈਮ ਨਹੀਂ ਮਿਲਦਾ ਸੀ ਪਰ ਪੈਸਾ ਇਕੱਠਾ ਕਰਨ ਵਾਸਤੇ ਵੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਸੀ ਸੋ ਉਸ ਦਿਨ ਮਹਾਰਾਜ ਜੀ ਨੇ ਉਹ ਸ਼ਬਦ ਲਿਖਤਾ ਉਸ ਦਿਨ ਤੋਂ ਬਾਅਦ ਜੋ ਅੰਤਖ ਮਿਹਨਤ ਇਹਨਾਂ ਕੀਤੀ ਤੇ ਮਹਾਰਾਜ ਜੀ ਨੇ ਖਜ਼ਾਨਾ ਪਾਇਆ ਤੇ ਲਹਿਰਾ ਬਹਿਰਾ ਲੱਗਿਆ ਉਸ ਤੋਂ ਬਾਅਦ ਜਿੱਦਾਂ ਮਹਾਰਾਜ ਜੀ ਕਹਿੰਦੇ ਸਾਨੂੰ ਪੈਸਾ ਚਾਹੀਦਾ ਤੇ ਲక్ష్ਮੀ ਹੁਣ ਉਹ ਲక్ష్ਮੀ ਕਿੱਦਾਂ ਆਈ ਮਹਾਰਾਜ ਜੀ ਨੇ ਜਿੱਦਾਂ ਕਿਹਾ ਜਿੱਥੇ ਸਾਨੂੰ ਚਾਹੀਦਾ ਉਹ ਲక్ష్ਮੀ ਨੂੰ ਅਸੀਂ ਤੋਰਦੇ ਸੋ ਉਹ ਖਜ਼ਾਨਾ ਹਜ਼ੂਰ ਮਹਾਰਾਜ ਜੀ ਨੇ ਇਹ ਐਸੀ ਕਿਰਪਾ ਕਰਕੇ ਇੱਥੇ ਲਿਆਂਦਾ ਇੱਥੇ ਲਿਆਂਦਾ ਮੀਨਜ਼ ਕਿ ਜਿਹੜੇ ਸੇਵਕਾਂ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਕਿ ਆ ਜਾ ਆ ਕਾਰੋਬਾਰ ਖੋਲ ਬਰਕਤ ਪਏਗੀ ਔਰ ਇਹਦੀ ਤੂੰ ਸੇਵਾ ਕਰਿਆ ਕਰੇਗਾ ਮਿਸ਼ਨ ਦੇ ਵਿੱਚ ਉੱਥੇ ਉਹ ਲਹਿਰਾ ਬਹਿਰਾ ਹੋ ਗਿਆ ਲక్ష్ਮੀ ਦਾ ਆਵਾਸ ਹੋ ਗਿਆ ਸੋ ਇਹ ਜੋ ਲక్ష్ਮੀ ਕੀ ਕਹਿੰਦੇ ਆ ਕਿ ਖਜ਼ਾਨਾ ਮਹਾਰਾਜ ਜੀ ਕਹਿੰਦੇ ਸੀ ਲੋਨੀ ਤਾਮ ਚ ਟੇਨ ਸ਼ਾਨ ਸਾਹਿਬ ਦੇ ਥੱਲੇ ਹੈ ਇਹ ਉਹ ਖਜ਼ਾਨਾ ਤੁਰ ਕੇ ਆਇਆ ਉਹ ਹੱਥ ਨਾਲ ਇਦਾਂ ਨਹੀਂ ਕੱਢਦੇ ਉਹ ਇਸ ਸਾਹਿਬ ਨਾਲ ਸੰਗਤ ਤੇ ਸੇਵਕਾਂ ਤੇ ਮਿਹਰ ਕਰਕੇ ਲਹਿਰਾ ਬਹਿਰਾ ਕਰਦੇ ਅੱਗਿਓ ਉਹਨਾਂ ਤੇ ਵੀ ਦੇਖੋ ਕਿ ਐਡਾ ਵੱਡਾ ਦਿਲ ਉਹ ਦੇ ਦਿੰਦੇ ਆ ਕਿ ਜਦੋਂ ਜੋ ਕਹਿੰਦੇ ਆ ਉਹ ਕਰਦੇ ਆ ਜਿੱਥੋਂ ਤੱਕ ਮੈਂ ਦੇਖਿਆ ਠੀਕ ਹੈ ਕਈ ਉਤਰਾ ਚੜਾ ਜਦੋਂ ਤੁਸੀਂ ਦੁਨਿਆਵੀ ਜ਼ਿੰਦਗੀ ਚ ਹੁੰਦੇ ਹੋ ਜਾਮੇ ਚ ਹੁੰਦੇ ਹੋ ਤੇ ਉਤਰਾ ਚੜਾ ਆnde ਆnde ਆ ਇਹ ਸਾਰਿਆਂ ਦੇ ਵਾਪਰ ਦਾ ਠੀਕ ਹੈ ਤੇ ਇਵਨ ਕਿ ਰੱਬ ਦੇ ਖੁਦ ਆਪਣੇ ਘਰ ਚ ਸਮਝ ਲੋ ਉਤਰਾ ਚੜਾ ਮਤੇ ਕਿ ਸਾਰੇ ਗੱਲਾਂ ਨਹੀਂ ਮੰਨਦੇ ਮਾਂ ਬਾਪ ਤੁਹਾਡੀ ਪੂਰੀ ਗੱਲ ਨਹੀਂ ਮੰਨਦੇ ਸ਼ਾਇਦ ਤੁਹਾਡੀ ਉਟੀ ਤੁਹਾਡੀ ਪੂਰੀ ਗੱਲ ਨਹੀਂ ਮੰਦੀ ਬੱਚੇ ਨਹੀਂ ਮੰਨਦੇ ਕਿ ਉਹ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਇਹ ਹਮੇਸ਼ਾ ਹੁੰਦਾ ਆਇਆ ਸਮਝ ਆਂਦੀ ਆ ਪਰ ਲੇਟ ਲੇਟ ਸਮਝ ਆਂਦੀ ਆ ਔਰ ਉਸ ਟਾਈਮ ਤੇ ਉਹ ਸਮਾਨ ਨਿਕਲ ਜਾਂਦਾ ਸੋ ਇਹਨਾਂ ਨੇ ਵੀ ਜਿੱਥੋਂ ਤੱਕ ਮੈਂ ਦੇਖਿਆ ਜੋ ਮਹਾਰਾਜ ਜੀ ਨੇ ਕਿਹਾ ਇਹ ਨਾ ਕੀਤਾ ਔਰ ਜਿੰਨੀ ਸੇਵਾ ਇਹਨਾਂ ਕੋ ਕਰਵਾਈ ਹੈ ਔਰ ਪਾਈ ਹੈ ਇਹ ਉਹ ਰੱਬ ਹੀ ਜਾਣਦਾ ਵੱਡੀ ਸਭ ਤੋਂ ਮਿਸਾਲ ਮੈਂ ਇਹ ਵੀ ਦੇ ਸਕਦਾ ਕਿ ਵੀ ਲੋਨੀ ਦਰਬਾਰ ਆਪ ਜੀ ਦੇਖ ਰਹੇ ਹੋ ਔਰ ਸਰੋਵਰ ਸਾਹਿਬ ਆਪ ਜੀ ਦੇਖ ਰਹੇ ਹੋ ਔਰ ਸਰੋਵਰ ਸਾਹਿਬ ਤੇ ਜੋ ਸੇਵਾ ਹੋਈ ਜੋ ਵੀ ਉਹ ਤੇ ਟੈਲੀਫੋਨ ਲੱਗਿਆ ਇਹ ਇਹਨਾਂ ਨੇ ਹੀ ਲਾਇਆ ਲਾਇਆ ਨਹੀਂ ਮਹਾਰਾਜ ਜੀ ਨੇ ਲਗਵਾਇਆ ਕਿਉਂ ਉਹ ਕਹਿੰਦੇ ਕਿ ਸਾਡਾ ਪੈਸਾ ਔਰ ਅਸੀਂ ਜਿੱਧਰ ਚਾਹੀਏ ਜਿੱਦਾਂ ਚਾਹੀਏ ਉਦਾਂ ਕੰਮ ਕਰਦੇ ਆਂ ਇੱਥੋਂ ਤੱਕ ਕਿ ਬਾਕੀ ਹੋਰ ਦੂਰ ਦੀਆਂ ਦੂਰ ਰਹਿ ਗਈਆਂ ਕਿ ਇੰਡੀਆ ਤੋਂ ਆਪਣੇ ਹਜ਼ੂਰ ਮਹਾਰਾਜ ਜੀ ਨੇ ਸੇਵਕਾਂ ਨੂੰ ਕਈ ਸੇਵਕਾਂ ਨੂੰ ਇੱਥੇ ਆਪਣਾ ਉਹਨਾਂ ਦੀ ਸ਼ਾਦੀ ਕੀਤੀ ਉਹਨਾਂ ਨੂੰ ਸੈੱਟ ਕੀਤਾ ਉਹਦੇ ਵਿੱਚ ਵੀ ਇਸ ਪਰਿਵਾਰ ਦਾ ਬਹੁਤ ਯੋਗਦਾਨ ਇਸ ਜਗ੍ਹਾ ਦਾ ਯੋਗਦਾਨ ਲਗਾ ਲਉ ਜਦੋਂ ਮੈਂ ਵੀ ਆਇਆ ਸੀ ਤੇ ਇਹ ਘਰ ਸੀਗਾ ਇਹ ਮੇਰੇ ਸਮਝ ਲਓ ਪੀਕੇ ਸੀਗੇ ਠੀਕ ਹੈ ਤੇ ਇੱਥੋਂ ਹੀ ਮੇਰਾ ਵਿਆਹ ਹੋਇਆ ਸਾਰਾ ਕੁਝ ਇੱਥੋਂ ਹੀ ਰੇਂਜ ਹੋਇਆ ਹੋਰ ਆਪਣੇ ਪਿੰਕੀ ਭੈਣ ਜੀ ਨੇ ਅ ਤਰਸੀਮ ਭਾਜੀ ਦੇ ਵਾਈਫ ਤੇ ਸ਼ਾਇਦ ਆਪ ਬਹੁਤ ਜਾਣਦੇ ਹੋਵੇ ਉਹਨਾਂ ਨੂੰ ਉਹ ਵੀ ਦਿੱਲੀ ਤੋਂ ਤੇ ਮਾਰਨ ਜੀ ਦੇ ਸਿਸਟਰ ਉਹਨਾਂ ਨੇ ਵੀ ਉਹਨਾਂ ਦੀ ਸ਼ਾਦੀ ਵੀ ਇੱਥੋਂ ਹੀ ਹੋਈ ਉਹ ਵੀ ਇੱਥੇ ਆਏ ਤੇ ਇੱਥੇ ਕਾਫੀ ਦਿਨ ਰਹੇ ਉਸ ਤੋਂ ਬਾਅਦ ਮਹਾਰਾਜ ਜੀ ਨੇ ਉਹਨਾਂ ਦੀ ਸ਼ਾਦੀ ਖੁਦ ਆਪ ਕੀਤੀ ਉਹ ਵੀ ਸਾਰਾ ਰੈਂਜ ਇੱਥੋਂ ਹੀ ਹੋਇਆ ਉਸ ਤੋਂ ਬਾਅਦ ਸਾਡੇ ਕੁਸ਼ਮਪਨ ਜੀ ਉਹ ਵੀ ਦਿੱਲੀ ਤੋਂ ਨੇ ਤੇ ਬਹੁਤ ਕਰੀਬੀ ਮਹਾਰਾਜ ਜੀ ਬਹੁਤ ਪਿਆਰ ਕਰਦੇ ਇਸ ਫੈਮਿਲੀ ਨੂੰ ਉਹ ਮਹਾਰਾਜ ਜੀ ਨੇ ਉਹਨਾਂ ਦਾ ਰਿਸ਼ਤਾ ਕੀਤਾ ਤੇ ਉਹ ਵੀ ਇਸ ਕਰਕੇ ਹੋਈ ਵਿਦਿਆ ਹੋਏ ਉਸ ਤੋਂ ਬਾਅਦ ਅਨੀਤਾ ਜੀ ਦਾਸ ਅਨੀਤਾ ਜੀ ਜਿਨ੍ਹਾਂ ਨੂੰ ਤੁਸੀਂ ਕਮਾਂਡਰ ਦੇ ਨਾਂ ਨਾਲ ਜਾਣਦੇ ਹੋ ਉਹਨਾਂ ਦੀ ਵੀ ਵਿਦਾਇਗੀ ਜੋ ਵੀ ਹੈ ਇਸ ਘਰ ਚ ਹੋਈ ਸੋ ਹੋਰ ਕਾਫੀ ਪਰਿਵਾਰ ਨੇ ਸ਼ਾਇਦ ਮੈਂ ਉਹਨਾਂ ਦਾ ਨਾਂ ਲਈ ਜਾ ਮਤੇ ਇਹ ਕਿਤਾਬੀ ਪਰਜੇ ਜਾਂ ਐਪੀਸੋਡ ਪੂਰਾ ਹੋ ਜਾਵੇ ਕਿ ਇਸ ਥਾਂ ਤੋਂ ਸਾਰਿਆਂ ਦੀਆਂ ਵਿਦਾਗੀਆਂ ਹੋਈਆਂ ਤੇ ਅੱਜ ਉਹਨਾਂ ਦੇ ਸਾਰਿਆਂ ਦੇ ਘਰ ਚ ਲਹਿਰਾ ਬਹਿਰਾ ਨੇ ਆਪਣੇ ਘਰ ਨੇ ਬਿਜ਼ਨਸ ਨੇ ਬਾਲ ਬੱਚੇ ਨੇ ਤੇ ਗਾਂ ਜਿਹਦਾ ਮੇਰੇ ਵਰਗੇ ਕੀ ਕਹਿੰਦੇ ਆ ਕਿ ਪੁੱਤਰਾਂ ਪੁੱਤ ਦੋਤਰੇ ਸੋ ਇਹ ਸਭ ਹਯੂਰ ਮਹਾਰਾਜ ਜੀ ਦੀ ਕਿਰਪਾ ਹੈ ਇਹ ਥਾਂ ਦੀ ਮੈਂ ਗੱਲ ਕਰਦਾ ਇਸ ਥਾਂ ਤੋਂ ਇਸ ਕੰਟਰੀ ਦੇ ਵਿੱਚ ਜੋ ਸ਼ੁਰੂਆਤ ਚੱਲੀ ਜੋ ਸ਼ੁਰੂਆਤ ਹੋਈ ਇਸ ਦਰਬਾਰ 'ਚ ਜਦੋਂ ਹਯੂਰ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਤੇ ਫਿਰ ਉਸ ਤੋਂ ਬਾਅਦ ਇੱਕ ਸੰਗਤ ਕਾਫੀ ਹੋ ਗਈ ਤੇ ਲੈਵਨ ਚਰਚ ਦੇ ਡੇਰਾ ਲਿਆ ਗਿਆ ਤੇ ਸਭ ਜਣੇ ਉੱਥੇ ਸੇਵਾ ਕਰਦੇ ਸੀਗੇ ਹਯੂਰ ਮਹਾਰਾਜ ਜੀ ਨੇ ਦੋ ਦਰਬਾਰ ਬਟਾਲਾ ਦਰਬਾਰ ਸਾਹਿਬ ਤੇ ਆਪਣਾ ਲੋਨੀ ਦਰਬਾਰ ਸਾਹਿਬ ਉੱਥੇ ਜਲਦੀ ਬਖਸ਼ਿਸ਼ ਕੀਤੀ ਉਹ ਜਲ ਉਸ ਦਰਬਾਰ ਚੋਂ ਪਰ ਕੇ ਸੰਗਤ ਨੂੰ ਮਿਲਦਾ ਪਰ ਇੰਗਲੈਂਡ ਦੇ ਵਿੱਚ ਹਜੂਰ ਮਹਾਰਾਜ ਜੀ ਨੇ 11 ਚਰਚੀ ਰੋਡ ਦੇਰੇ ਜਲਦੀ ਬਖਸ਼ਿਸ਼ ਨਹੀਂ ਕੀਤੀ ਜਲਦੀ ਬਖਸ਼ਿਸ਼ ਹਜੂਰ ਮਹਾਰਾਜ ਜੀ ਨੇ ਇਸ ਕਾਰ 190 ਜਿਹਨੂੰ ਮਹਾਰਾਜ ਜੀ ਕਹਿੰਦੇ ਸੀ ਕਿ ਇਹ ਇਹਨਾਂ ਦਾ ਕਾਰ ਨਹੀਂ ਕਹਿੰਦੇ ਇਹ ਸਾਡਾ ਕਾਰ ਹੈ ਕਿ ਸੱਚਖੰਡ ਹੈ ਸੋ ਇਥੋਂ ਜਲ ਜਾਂਦਾ ਸੀਗਾ ਇੰਗਲੈਂਡ ਦੇ ਵਿੱਚ ਲੈਮਨ ਚਰਚਿਲ ਰੋਡ ਤੇ ਇਥੋਂ ਜਲ ਜਾਂਦਾ ਸੀਗਾ ਸੇਵਕ ਆਉਂਦੇ ਸੀਗੇ ਤੇ ਉਹ ਇਸ ਜਲ ਦੀ ਸੇਵਾ ਕਰਦੇ ਸੀ ਇਥੋਂ ਦੋ ਵਾਰੀ ਤਿੰਨ ਵਾਰੀ ਵੀਕ ਦੇ ਵਿੱਚ ਜਿੱਸਾ ਲੋਡ ਹੁੰਦੀ ਸੀ ਇਸ ਘਰ ਚੋਂ ਜਲ ਭਰ ਕੇ ਵਰਮਿੰਗਮ ਦਰਬਾਰ ਚ ਜਾਂਦਾ ਸੀ ਤੇ ਉੱਥੋਂ ਸੰਗਤਾਂ ਨੂੰ ਜਲ ਦਿੱਤਾ ਜਾਂਦਾ ਸੀਗਾ ਉਸ ਤੋਂ ਬਾਅਦ ਵੀਰਵਾਰ ਆਪਣੇ ਮਿਸ਼ਨ ਦੇ ਵਿੱਚ ਸੱਚਖੰਡ ਨਾਨਕ ਧਾਮ ਦੇ ਵਿੱਚ 6 ਦਿਨ satsang kirtan darbar ਹੁੰਦੇ ਸੀ ਪਰ ਵੀਰਵਾਰ ਵਾਲੇ ਦਿਨ ਕੀਰਤਨ satsang ਨਹੀਂ ਹੁੰਦਾ ਸੀ ਕੀਰਤਨ ਮਹਾਰਾਜ ਦੀ ਮौज ਹੁੰਦੀ ਸੀ ਜਿੱਥੇ ਮਰਜੀ ਬਹਿ ਕੇ ਕਰ ਲੈਂਦੇ ਸੀ ਪਰ ਅਫੀਸ਼ੀਅਲੀ ਤੌਰ ਤੇ ਗੱਦੀ ਨਹੀਂ ਲੱਗਦੀ ਸੀਗੀ ਤੇ satsang ਨਹੀਂ ਹੁੰਦਾ ਸੀ ਜਿੱਥੇ ਵੀ ਦਰਬਾਰ ਸੀ ਉੱਥੇ ਇਹੋ ਹੀ ਹੁੰਦਾ ਸੀਗਾ ਸੋ ਐਸ ਦਰਬਾਰ ਤੇ ਐਸ ਘਰ ਚ 190 ਹੰਸ ਰੋਡ ਤੇ ਵੀਰਵਾਰ ਸ਼ਬਦ ਗਾਏ ਜਾਂਦੇ ਸੀ ਪੰਜ ਸ਼ਬਦ ਸਿਰ ਤੇ ਬਰਮੀਗਮ ਦਰਬਾਰ ਤੋਂ ਉੱਥੋਂ ਡਿਊਟੀ ਲੱਗੀ ਹੋਈ ਸੀਗੀ ਵਕ ਵਕ ਜੱਥੇ ਦੀ ਉਹ ਆ ਕੇ ਇੱਥੇ ਕੀਰਤਨ ਦਰਬਾਰ ਆਪਣਾ ਲਾਉਂਦੇ ਸੀ ਪੰਜ ਸ਼ਬਦ ਘਟੋ ਘਾਟ ਜਰੂਰ ਪੜੇ ਜਾਂਦੇ ਸੀ ਤੇ ਉਸ ਤੋਂ ਬਾਅਦ ਚੋਲਾਂ ਦਾ ਤੇ ਛੋਲਿਆਂ ਦਾ ਪ੍ਰਸ਼ਾਦ ਜੋ ਹਜ਼ੂਰ ਮਹਾਰਾਜ ਜੀ ਨੇ ਕਿਹਾ ਸੀ ਉਹ ਦਿੱਤਾ ਜਾਂਦਾ ਸੀ ਇਸ ਪ੍ਰਸ਼ਾਦ ਦੇ ਪਿੱਛੇ ਵੀ ਬੜੀ ਵੱਖਰੀਆਂ ਵੱਖਰੀਆਂ ਆਪਣੀਆਂ ਇਹ ਕਹਾਣੀਆਂ ਨੇ ਪਰ ਅਸਲ ਕਹਾਣੀ ਜੋ ਹੈ ਮੈਂ ਦੀਪਲੀ ਨਹੀਂ ਡੀਪਲੀ ਨਹੀਂ ਜਾਵਾਂਗਾ ਉਹ ਇੱਕ ਹਜੂਰ ਮਹਾਰਾਜੀ ਦੀ ਲਾਲੋ ਕਿ ਵੀ ਕਿਸ਼ਨ ਮਹਾਰਾਜ ਦੇ ਟਾਈਮ ਤੇ ਸੁਦਾਮਾ ਜੀ ਸੱਤੂ ਤੇ ਕੀ ਕਹਿੰਦਿਆ ਚੋਲ ਚੋਲਾਂ ਦਾ ਸੱਤੂ ਰਾਜਸਪਦ ਹੋਰ ਦੂਸਰਾ ਪੀਰ ਫਕੀਰ ਕੀ ਕਹਿੰਦੇ ਕਿ ਵੀ ਜਿਸ ਤਰ੍ਹਾਂ ਹਰ ਥਾਂ ਤੇ ਵੱਖਰਾ ਵੱਖਰਾ ਪ੍ਰਸ਼ਾਦ ਬੰਦਾ ਉਨ੍ਹਾਂ ਦੀ ਮਰਿਆਦਾ ਦੇ ਮੁਤਾਬਕ ਖੜਾ ਪ੍ਰਸ਼ਾਦ ਬੰਦਾ ਪਤਾਸੇ ਦਿੱਤੇ ਜਾਂਦੇ ਨੇ ਜਿਸ ਤਰ੍ਹਾਂ ਸਾਡੇ ਕੱਲੇ ਇਸ ਮਿਸ਼ਨ ਦੇ ਵਿੱਚ ਇੰਗਲੈਂਡ ਦੇ ਵਿੱਚ ਖਾਸ ਕਰਕੇ ਹਯੂਰ ਮਹਾਰਾਜ ਜੀ ਨੇ ਬਦਾਮ ਤੇ ਮਿਸ਼ਰੀ ਉਹਦਾ ਪ੍ਰਸ਼ਾਦ ਬਦਾਮ ਤੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਇਸ ਲਈ ਇੱਥੇ ਹਯੂਰ ਮਹਾਰਾਜ ਜੀ ਨੇ ਵੀਰਵਾਰ ਵਾਲੇ ਦਿਨ ਚੋਲਾ ਦਾ ਮਿੱਠੇ ਚੋਲ ਤੇ ਨਾਲ ਉਹ ਚ ਛੋਲੇ ਹੁੰਦੇ ਸੀ ਚਿੱਟੇ ਉਹਨਾਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਤੇ ਡੇਰੇ ਤੋਂ ਸੰਗਤਾਂ ਇਹ ਡਿਊਟੀ ਕਰਨ ਆਂਦੀ ਸੀ ਤੇ ਇੱਥੇ ਆਪਣਾ ਪ੍ਰਸ਼ਾਦ ਮਿਲਦਾ ਸੀ ਉਹਨਾਂ ਨੂੰ ਦੂਸਰਾ ਇੱਕ ਹੋਰ ਗੱਲ ਕਿਸੇ ਵੀ ਦਰਬਾਰ ਤੋਂ ਸਾਰੇ ਕਹਿੰਦੇ ਆ ਕਿ ਵੀ ਲੰਗਰ ਆਪਣੇ ਘਰ ਚ ਲੈ ਜਾਣਾ ਮਨਾ ਸੀ ਕਿ ਤੁਸੀਂ ਉੱਥੇ ਲੰਗਰ ਛੱਕ ਸਕਦੇ ਹੋ ਤੇ ਜਿੰਨੀ ਵਾਰੀ ਮਰਜ਼ੀ ਪਰ ਘਰ ਲੰਗਰ ਲੈ ਕੇ ਜਾਣਾ ਮਨਾ ਸੀ ਉਸ ਤਰ੍ਹਾਂ ਗੁਰੂ ਮਹਾਰਾਜ ਜੀ ਕਿਸੇ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਕੁਝ ਦੇ ਦੇਣ ਉਹ ਵੱਖਰੀ ਗੱਲ ਆ ਪਰ ਇੰਗਲੈਂਡ ਦੇ ਵਿੱਚ ਬਰਮਿੰਗਮ ਦਰਬਾਰ ਤੋਂ ਪੱਪੀ ਪੂਆ ਜੀ ਜਿਹਨੂੰ ਮਹਾਰਾਜ ਜੀ ਆਪਣੇ ਸਿਸਟਰ ਕਹਿਆ ਕਰਦੇ ਸੀ ਤਾਂ ਕਰਕੇ ਸਭ ਜਣੇ ਉਹਨਾਂ ਨੂੰ ਪੂਆ ਜੀ ਦੇ ਨਾਂ ਨਾਲ ਜਾਣਦੇ ਉਹਨਾਂ ਵਾਸਤੇ ਲੰਗਰ ਡੇਰਿਓਂ ਇੱਥੇ ਹੋ ਜਾਂਦਾ ਸੀ ਇਹ ਹਜੂਰ ਮਹਾਰਾਜ ਜੀ ਨੇ ਕਿਹਾ ਸੀ ਸੋ ਇੱਕ ਖਾਸੀਅਤ ਹੈ ਮੈਂ ਆਪ ਜੀ ਨੂੰ ਇਹ ਸਪੈਸ਼ਲ ਇਤਿਹਾਸ ਦੀ ਗੱਲ ਦੱਸਦਾ ਕਿ ਆਪ ਜੀ ਨੂੰ ਨਹੀਂ ਪਤਾ ਉਹਨਾਂ ਵਾਸਤੇ ਇੱਥੇ ਲੰਗਰ ਬਰਮਿੰਗਮ ਡੇਰੇ ਤੋਂ ਹਰ ਰੋਜ਼ ਆਂਦਾ ਸੀਗਾ ਮਹਾਰਾਜ ਨੇ ਕਿਹਾ ਸੀ ਕਿ ਪੱਪੀ ਵਾਸਤੇ ਲੰਗਰ ਇੱਥੋਂ ਉੱਥੇ ਡਿਊਟੀ ਲੱਗੀ ਸੀ ਅਜੇ ਵੀ ਜਿਹੜੇ ਪੁਰਾਣੇ ਸੇਵਕ ਹੈ ਉਹਨਾਂ ਨੂੰ ਪਤਾ ਹੈਗਾ ਇਸ ਚੀਜ਼ ਦਾ ਦਾਤਾ ਕੀ ਕਹਿੰਦੇ ਆ ਕਿ ਮੇਰਾ ਜਨੂਰਗਾ ਤੇ ਮੈਨੂੰ ਹੋਰ ਤ੍ਰਿਸ਼ਨਾ ਨਾ ਕੋਈ ਕਹਿੰਦੇ ਕਿ ਦੀ ਦੇ ਤੇਰੇ ਦਰਸ਼ਨ ਦੀ ਮੈਨੂੰ ਹੋਰ ਤ੍ਰਿਸ਼ਨਾ ਨਾ ਕੋਈ ਜਦੋਂ ਉਹਦੇ ਹਕੀ ਕਹਿੰਦੇ ਆ ਕਿ ਦਰਸ਼ਨ ਦੇਦਾਰ ਹੋ ਜਾਂਦੇ ਫੇਰ ਹੋਰ ਤ੍ਰਿਸ਼ਨਾ ਨਹੀਂ ਰਹਿ ਜਾਂਦੀ ਜੀਤਰਾਣ ਆਪ ਜੀ ਨੇ ਕੀ ਕੰਦੇ ਅਰਦਾਸ ਚ ਸੁਣਿਆ ਹਰ ਗੁਰੂ ਘਰ ਚ ਕਿਹਾ ਜਾਂਦਾ ਕਿ ਜਿਹੜੇ ਧਾਮਾਂ ਤੋਂ ਸਾਨੂੰ ਮਸ਼ਹੂਰ ਆ ਉਹ ਧਾਮਾਂ ਤੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਬਖਸ਼ੇ ਸਾਹਿਬ ਜੀ ਗੁਰੂ ਮਹਾਰਾਜੇ ਅਰਦਾਸ ਕੀਤੀ ਜਾਂਦੀ ਹੈ ਸੋ ਸਾਡੇ ਇਸ ਸੱਚਖੰਡ ਨਾਨਕ ਧਾਮ ਦੇ ਮਿਸ਼ਨ ਦੇ ਵਿੱਚ ਤਿੰਨ ਮੁੱਖ ਦਰਬਾਰ ਨੇ ਇੰਗਲੈਂਡ ਦੇ ਵਿੱਚ ਬਰਮਿੰਗਮ ਦਰਬਾਰ ਇੰਡੀਆ ਦੇ ਵਿੱਚ ਲੋਨੀ ਦਰਬਾਰ ਤੇ ਪੰਜਾਬ ਦੇ ਵਿੱਚ ਮਟਾਲਾ ਦਰਬਾਰ ਤੇ ਇਹਨਾਂ ਦੇ ਦਰਵਾਜ਼ੇ ਅਜੇ ਵੀ ਖੁੱਲੇ ਆ ਤੇ ਜਦੋਂ ਵੀ ਮੈਂ ਕਹਿੰਦਾ ਸੰਗਤ ਇੰਡੀਆ ਜਾਵੇ ਉਹਨਾਂ ਨੂੰ ਲੋਨੀ ਦਰਬਾਰ ਮਟਾਲਾ ਦਰਬਾਰ ਜ਼ਰੂਰ ਜਾਣਾ ਚਾਹੀਦਾ ਤੇ ਜੋ ਸੰਗਤ ਇੰਗਲੈਂਡ ਚ ਆਂਦੀ ਹੈ ਤੇ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਵੀ ਬਰਮਿੰਗਮ ਦਰਬਾਰ 11 ਚਰਚੀ ਰੋਡ ਤੇ ਤੇ ਹੈਮਸਰ ਰੋਡ ਤੇ ਇੱਥੇ ਜ਼ਰੂਰ ਆ ਕੇ ਮੱਥਾ ਟੇਕਣਾ ਚਾਹੀਦਾ ਕਿ ਅਗਰ ਅਸੀਂ ਕਹਿੰਦੇ ਹਾਂ ਕਿ ਉਹ ਰਹਿਬਰ ਉਹ ਗੁਰੂ ਉਹ ਸਾਡਾ ਰੱਬ ਦਰਸ਼ਨ ਦਾਸ ਹੈ ਤੇ ਜਿੱਥੇ ਉਹਦੇ ਕਦਮ ਪਏ ਜਿੱਥੇ ਉਹਨਾਂ ਨੇ ਟਾਈਮ ਗੁਜ਼ਾਰਿਆ ਉਹ ਤਨ ਜਗ ਹੈ ਹਯੂਰ ਮਹਾਰਾਜ ਨੇ ਕਿਹਾ ਸੀਗਾ ਕਿ ਇੱਕ 사ਸੰਗ ਦੇ ਵਿੱਚ ਟੇਪ ਦਾ ਮੈਨੂੰ ਨੰਬਰ ਭੁੱਲ ਗਿਆ ਬਰਮੀ ਗੰਦਵਾਰ ਚ ਕਵੀਰਵਾਰ ਵੀਰਵਾਰ ਦੀ ਜੋ ਹਾਜ਼ਰੀ ਹੈ ਕਿਰਤਨ ਹੁੰਦਾ 190 ਉੱਥੇ ਜਾਓ ਜਿਹੜਾ ਜਾਏਗਾ ਉਨੂੰ ਮੁਰਾਦ ਜ਼ਰੂਰ ਮਿਲੇਗੀ ਸੱਚੇ ਮਨ ਤੋਂ ਜਾਏਗਾ ਉਹਨੂੰ ਮੁਰਾਦ ਜ਼ਰੂਰ ਮਿਲੇਗੀ ਉਹਦੀ ਚੋਲੀ ਜ਼ਰੂਰ ਪਰੇਗੀ ਦੂਸਰਾ ਉਹਨਾਂ ਕਹਾਂ ਸੀਗਾ ਕਿ ਤੁਸੀਂ ਜਾਓ ਨਾ ਜਾਓ ਤੁਹਾਡੀ ਮਰਜ਼ੀ ਆ ਪਰ ਇੱਕ ਦਿਨ ਟਾਈਮ ਆਏਗਾ ਉਸ ਘਰ ਦੀਆਂ 190 ਦੀਆਂ ਇੱਟਾਂ ਵੀ ਪੂਜੀਆਂ ਜਾਣਗੀਆਂ ਇਹ ਟਾਈਮ ਆਏਗਾ ਕਹਿੰਦੇ ਤੁਹਾਨੂੰ ਨਹੀਂ ਪਤਾ ਕਿ ਉਹ ਜਗ੍ਹਾ ਕਿਹੜੀ ਜਗ੍ਹਾ ਤੁਹਾਨੂੰ ਉਥੋਂ ਇੱਟਾਂ ਪੱਥਰ ਦੇਖਦੇ ਨੇ ਤੁਹਾਨੂੰ ਘਰ ਦਿਖਦਾ ਪਰ ਸਾਨੂੰ ਪਤਾ ਉਹ ਜਗਾ ਕੀ ਹੈ ਜਿੱਤੇ ਅਸੀਂ ਸ਼ੁਰੂਆਤ ਕੀਤੀ ਹੈ ਕਿ ਸੰਤ ਮਹਾਤਮਾ ਕਿਸੇ ਆਮ ਜਗਾ ਤੇ ਜਾ ਕੇ ਨਹੀਂ ਬਹਿੰਦੇ ਇਸ ਕਰਕੇ ਇਸ 190 ਇਹਨਾਂ ਨੇ ਕਦੀ ਵੀ ਕਿਸੇ ਨੂੰ ਮੰਨਣ ਨਹੀਂ ਕੀਤਾ ਮੈਂ ਆਪ ਜੀ ਤੁ ਆਪਣੀ ਵੀ ਗੱਲ ਦੱਸਦਾ ਕਿ ਜਦੋਂ ਹਜ਼ੂਰ ਮਹਾਰਾਜ ਦੇ ਜਾਣ ਤੋਂ ਬਾਅਦ ਕਹਿੰਦੇ ਜਦੋਂ ਵੀ ਕੋਈ ਘਰ ਚੋਂ ਵੱਡਾ ਜਾਂਦਾ ਕਿਸੇ ਮਿਸ਼ਨ ਚੋਂ ਕਿ ਦੇਸ਼ੋਂ ਵੱਡਾ ਜਾਂਦਾ ਤਾਂ ਬਾਅਦ ਚ ਹਲਚਲ ਜ਼ਰੂਰ ਹੁੰਦੀ ਹੈ ਤੇ ਇਸ ਸਾਡੇ ਮਿਸ਼ਨ ਦੇ ਵਿੱਚ ਵੀ ਹਜ਼ੂਰ ਮਹਾਰਾਜ ਦੇ ਜਾਣ ਤੋਂ ਬਾਅਦ ਅਲچل ਹੋਈ ਤੇ ਕਹਿੰਦੇ ਆ ਨਾ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਆ ਜਾਂਦੀ ਹੈ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਕਹਿੰਦੇ ਹੋ ਜਾਂ ਤੁਹਾਡਾ ਦਿਲ ਚੋਂ ਡਰ ਨਿਕਲ ਜਾਂਦਾ ਉਹਦਾ ਜਿਹੜੀ ਤਾਕਤ ਨੂੰ ਤੁਸੀਂ ਮੰਨਦੇ ਹੋ ਉਦੋਂ ਫਿਰ ਤੁਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਹੋ ਕਿ ਕਿ ਮੈਂ ਜੋ ਕਿਹਾ ਉਹ ਠੀਕ ਹੈ ਫਿਰ ਅਸੀਂ ਲੋਕੀ ਉਦੋਂ ਝੂਠ ਵੀ ਬੋਲਦੇ ਆ ਨਹੀਂ ਮਹਾਰਾਜ ਜੀ ਨੇ ਇਹ ਕਿਹਾ ਸੀ ਮਹਾਰਾਜ ਜੀ ਨੇ ਉਹ ਕਿਹਾ ਸੀ ਅਸੀਂ ਇਹ ਕਹਿ ਲਾ ਪੰਦੇ ਆ ਸਾਨੂੰ ਡਰ ਭੁੱਲ ਜਾਂਦਾ ਕਿ ਉਹ ਇੱਥੇ ਹੈਗਾ ਉਹ ਰੋਜ਼ਾਨਾ ਸਾਨੂੰ ਉਹਦੀ ਸਜ਼ਾ ਵੀ ਮਿਲਦੀ ਹੈ ਪਰ ਕੀ ਕਹਿੰਦੇ ਆ ਕਿ ਵੀ ਮੇਰੇ ਵਰਗੇ ਠੀਕ ਹੈ ਹੱਸ ਕੇ ਮੂੰਹ ਪਰਾਂ ਕਰ ਛੱਡਦੇ ਆ ਤੇ ਸਾਡੇ ਵੀ ਕੁਝ ਇਸ ਤਰ੍ਹਾਂ ਦੀਆਂ ਹਾਲਚਲ ਹੋਈ ਤੇ ਜਿਹਦੇ ਕਰਕੇ ਬੜਿਆਂ ਜਣਿਆਂ ਨੇ ਸੋਚਿਆ ਕਿ ਅਸੀਂ ਇੱਥੇ ਨਹੀਂ ਜਾਣਾ ਸੀ ਉੱਥੇ ਨਹੀਂ ਜਾਣਾ ਪਰ ਮੇਰੀ ਇਹ ਬੇਨਤੀ ਹੈ ਜਿੱਥੇ ਵੀ ਹਜ਼ੂਰ ਮਹਾਰਾਜ ਜੀ ਦੇ ਚਰਨ ਪਏ ਨੇ ਜਿੱਥੇ ਵੀ ਹਜ਼ੂਰ ਮਹਾਰਾਜ ਜੀ ਗਏ ਨੇ ਉਹ ਸਾਡੇ ਵਾਸਤੇ ਇੱਕ ਮੱਕੇ ਦੇ ਬਰਾਬਰ ਹੈ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਨੇ ਕਿਹਾ ਕਿ ਜੋ 11 ਚਰਚੀ ਰੋਡ ਦੇ ਦਰਬਾਰ ਹੈ ਇਹ ਵੈਸਟਰਨ ਕੰਟਰੀ ਦਾ ਲਾਲੋਜੀ ਦਾ ਯੂਰਪ ਚ ਇਹ ਪੈਂਦਾ ਹੈ ਇਹ ਇਥੋਂ ਦਾ 메ਨ ਸਥਾਨ ਹੋਏਗਾ ਜਿਸ ਤਰ੍ਹਾਂ ਮੱਕੇ ਲੋਕੀ ਹਜ ਜਾਰ ਦੇ ਦੁਨੀਆ ਤੇ ਸਾਰੀ ਦੁਨੀਆ ਚ ਜਿਦਾ ਮੁਸਲਮਨ ਕਮਿਊਨਿਟੀ ਹੈ ਪਰ ਮੱਕੇ ਉਹ ਜ਼ਰੂਰ ਜਾਂਦੇ ਨੇ ਆਪਣਾ ਹਜਰ ਕਰਨ ਵਾਸਤੇ ਸੋ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਇਹ ਵੀ ਇੱਕ ਕਿਸਮ ਦਾ ਯੂਰਪ ਦਾ ਮੱਕਾ ਹੋਏਗਾ ਤੁਹਾਡੇ ਦਾਸਾਂ ਵਾਸਤੇ ਸੋ ਉੱਥੇ ਕੌਣ ਬੈਠਾ ਹੈ ਕਿੱਥੇ ਕੌਣ ਬੈਠਾ ਹੈ ਕਿੱਥੇ ਕਿਹੜੀ ਕਮੇਟੀ ਹੈ ਇਹ ਸਾਨੂੰ ਨਹੀਂ ਸੋਚਣਾ ਚਾਹੀਦਾ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਦਰਸ਼ਨ ਦਾਸ ਮਹਾਰਾਜ ਜੀ ਦਾ ਦਰਬਾਰ ਜਿਸ ਤਰ੍ਹਾਂ ਹਰ ਗੁਰੂ ਸਿੱਖ ਦਾ ਸੇਰਾ ਮस्तक ਝੁਕਦਾ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪ੍ਰਕਾਸ਼ਿਤ ਹੁੰਦੀ ਹੈ ਉਹ ਨਮਸਕਾਰ ਕਰਦਾ ਆਪਣੇ ਗੁਰੂ ਨੂੰ ਨਾ ਕਿ ਉਹ ਕਮੇਟੀ ਨੂੰ ਨਾ ਉਹ ਜਗ੍ਹਾ ਨੂੰ ਕਿਉਂ ਉਹਨੂੰ ਇਹ ਹੈ ਕਿ ਮੇਰਾ ਗੁਰੂ ਬਿਰਾਜਮਾਨ ਸੋ ਸਾਨੂੰ ਵੀ ਜਿੱਥੇ ਵੀ ਜਾਈਏ ਜਿੱਥੇ ਵੀ ਯੂਰ ਮਹਾਰਾਜ ਜੀ ਦੀ ਫੋਟੋ ਲੱਗੀ ਹੋਵੇ ਗੱਦੀ ਸਜੀ ਹੋਵੇ ਸਾਨੂੰ ਵੀ ਉੱਥੇ ਆਪਣਾ ਸਿਰ ਨਵਾਉਣਾ ਚਾਹੀਦਾ ਉਹ ਜਾਣਾ ਚਾਹੀਦਾ ਕੋਈ ਕੀ ਕਰਦਾ ਉਹ ਆਪਣੇ ਕਰਮ ਆਪ ਭੁਗਤਾਨ ਕਰਨਗੇ ਸਾਨੂੰ ਉਹਦੇ ਵਿੱਚ ਨਹੀਂ ਉਲਝਣਾ ਚਾਹੀਦਾ ਮੈਂ ਵੀ ਆਪ ਜੀ ਦੇ ਵਿੱਚ ਹੀ ਹਾਂ ਪਰ ਅਸੀਂ ਹੌਲੀ-ਹੌਲੀ ਅਗਰ ਇੱਕ ਦੂਜੇ ਨੂੰ ਕਹਾਂਗੇ ਸਿੱਖਾਂਗੇ ਤੇ ਹੋ ਸਕਦਾ ਅਸੀਂ ਘੱਟ ਗਲਤੀਆਂ ਕਰੀਏ ਤੇ ਘੱਟ ਗਲਤੀਆਂ ਹੋਣਗੀਆਂ ਤੇ ਰੱਬ ਵਾਲੇ ਪਾਸੇ ਜ਼ਿਆਦਾ ਧਿਆਨ ਲੱਗੇਗਾ ਸੋ 190 ਹਮਸਰ ਰੋਡ ਅੱਜ ਜਿੱਥੋਂ ਮੈਂ ਇਹ ਆਪ ਜੀ ਨੂੰ ਹਜ਼ੂਰ ਮਹਾਰਾਜ ਜੀ ਗੱਲਾਂ ਦੱਸ ਰਿਹਾ ਇਹ ਉਹ ਸਥਾਨ ਫਿਰ ਇੱਥੋਂ ਕਈ ਵਾਰੀ ਹਜ਼ੂਰ ਮਹਾਰਾਜ ਜੀ ਪੈਦਲ ਆਪਣਾ ਬਰਮਿੰਗਮ ਦਰਬਾਰ ਲੈਮਨ ਚੀਚੀ ਰੋਡ ਇੱਥੇ ਵਾਕਿੰਗ ਤੇ 7-8 ਮਿੰਟ ਦਾ ਰਸਤਾ ਪੈਦਲ ਜਾ ਕਰਦੇ ਸੀ ਤੇ ਕਈ ਵਾਰੀ ਪੈਦਲ ਆਣਾ ਅ ਰਾਤ ਨੂੰ satsangਾਂ ਤੋਂ ਬਾਅਦ ਜਿੱਥੇ ਵੀ ਜਿੱਥੇ ਵੀ ਜੁਰ ਜਾਂਦੇ ਸੀ ਇੱਥੇ ਵਾਪਸ ਜ਼ਰੂਰ ਆਉਂਦੇ ਸੀ ਉਹਨਾਂ ਨੂੰ ਇੱਥੇ ਆ ਕੇ ਹੀ ਆਰਾਮ ਮਿਲਦਾ ਸੀ ਸੋ ਆਪ ਜੀ ਸੋਚ ਸਕਦੇ ਹੋ ਕਿ ਇਹ ਉਹਨਾਂ ਦੀ ਆਰਾਮਗਾਹ ਫਿਰ ਇਸ ਥਾਂ ਤੇ ਇੰਡੀਆ ਤੋਂ ਬਾਅਦ ਹਜ਼ੂਰ ਮਹਾਰਾਜ ਜੀ ਨੇ ਜੋ 3 ਸਾਲ ਗੁਜ਼ਾਰੇ 1984 ਮਹਾਰਾਜ ਜੀ ਜਦੋਂ ਇੱਥੇ ਆਗੇ ਸੀਗੇ ਇੰਡੀਆ ਜਦੋਂ ਰਾਈਟ ਸੋਈ ਸੀਗੇ 8 ਜਨਵਰੀ 9 ਨਵੰਬਰ ਦੀ ਗੱਲ ਹੈ ਉਦੋਂ ਤੋਂ ਲੈ ਕੇ 11 ਨਵੰਬਰ 1987 ਤੱਕ ਹਜੂਰ ਮਹਾਰਾਜ ਜੀ ਇੱਥੇ ਇਸ ਕਾਰਜ 'ਚ ਰਹੇ ਇੱਥੇ ਹਜੂਰ ਮਹਾਰਾਜ ਜੀ ਨੇ ਬਾਣੀ ਕਾਫੀ ਉਚਾਰੀ ਇੰਡੀਆ ਤੋਂ ਬਾਅਦ ਇੱਥੇ ਬਾਣੀ ਉਚਾਰੀ ਮਹਾਰਾਜ ਜੀ ਨੇ ਔਰ ਬਹੁਤ ਜਿਆਦਾ ਗੀਤ ਆਪਣੇ ਜੋ ਮਹਾਰਾਜ ਦੇ ਸੁਨੇਹ ਆ ਉਹ ਇੱਥੇ ਉਚਾਰੇ ਮੇਰੀ ਅਰਥੀ ਦੇ ਕੰਡਿਆਂ ਤੇ ਇੱਕ ਕੰਡਾ ਤੇਰਾ ਹੋਏਗਾ ਹੱਸੇਗਾ ਜੱਗ ਕਦੇ ਨਾਲੇ ਰੋਏਗਾ ਦੂਸਰਾ ਮਹਾਰਾਜੀ ਨੇ ਜੋ ਲਿਖਿਆ ਕਿ ਆਪਣਾ ਹੰਝੂ ਤੇਰੇ ਨੇ ਨੈਣ ਮੇਰੇ ਨੇ ਹਿਜਰਾ ਚ ਰੋਂਦੇ ਜਿਹੜੇ ਨੇ ਜਵਾਮਾ ਹੱਕ ਕਿਦੇ ਤੇ ਮੈਂ ਮੇਰਾ ਹੱਕ ਕੀ ਏ ਉਹ ਵੀ ਖੋਲੇ ਨੇ ਦਿੱਤੇ ਕਦੇ ਤੂੰ ਜਿਹੜੇ ਨੇ ਫਿਰ ਹਜ਼ੂਰ ਮਹਾਰਾਜੀ ਨੇ ਲਿਖਿਆ ਕਿ ਵੀ ਅੱਜ ਦੇ ਹਾਲਾਤਾਂ ਦੇ ਉੱਤੇ ਲਿਖਿਆ ਸੀਗਾ ਕਿ ਤੇਰੇ ਤੋਂ ਤਰਾਜੀ ਤੋਂ ਲੈ ਕੇ ਸ਼ਪਤ ਨੋਕ ਦੀ ਤਲਵਾਰ ਸ਼ਪਤ ਨੋਕ ਤਲਵਾਰ ਤਾਂ ਤੇ ਸੂਲੀਆਂ ਚੁੰਮੀਆਂ ਆ ਰਹਿਆਂ ਤੇ ਸਿਰ ਆ ਰਹਿਆਂ ਨਾ ਕਟਾਲੇ ਜਿੰਨਾ ਤੇਰੇ ਇਸ਼ਕ ਦੀ ਖਾਤਰ ਜਿਸ ਸਾਂਝ ਨੂੰ ਤੂੰ ਕਦੇ ਜਗਾਇਆ ਸੀ ਉਹ ਉਦੋਂ ਦੀ ਬੁਝੀ ਹੈ ਦਰਸ਼ਨ ਹੁਣ ਤੱਕ ਕਿ ਜੋ ਪਿਆਰ ਭਾਈਵਾਲ ਜਾਂ ਊਚ ਨੀਚ ਤੋਂ ਪਰਾਂ ਆਪ ਜੀ ਸਜਾ ਕੇ ਗਏ ਸੀ ਉਹ ਜੇ ਤੱਕ ਉਦਾਂ ਹੀ ਕਿ ਲੋਕੀ ਸੁਧਰੇ ਨਹੀਂ ਫਿਰ ਹਜੂਰ ਮਹਾਰਾਜ ਜੀ ਨੇ ਉਹ ਯੋਗ ਦੇ ਵਿੱਚ ਵਿਛੋੜੇ ਦੇ ਵਿੱਚ ਦੂਸਰਾ ਕਿ ਜਦੋਂ ਜਿਆਦਾ ਲੰਮਾ ਸਮਾਂ ਹੋ ਜਾਂਦਾ ਤੇ ਫਿਰ ਭਾਵੇਂ ਕਿਤੇ ਮਾਤ ਪਿਤਾ ਹੋਣ ਤੇ ਚਾਹੇ ਭੈਣ ਭਰਾ ਹੋਣ ਯਾਰ ਸੱਜਣ ਹੋਣ ਉਹਨਾਂ ਅੰਦਰੋਂ ਵੀ ਹੌਲੀ ਹੌਲੀ ਹੋਣਾ ਪੈਂਦਾ ਕਿ ਕਿਤੇ ਵਾਕਿਆ ਹੀ ਰੱਬ ਹੈ ਜਾਂ ਨਹੀਂ ਤੇ ਫੇਰ ਉਹ ਦੁਨੀਆਦਾਰੀਆਂ ਵਾਲੀ ਗੱਲਾਂ ਕਰਲਾ ਪੈਂਦੇ ਪੁੱਛਲਾ ਪੈਂਦੇ ਆ ਬੜੀ ਵਾਰੀ ਜਦੋਂ ਇੰਡੀਆ ਤੋਂ ਫੋਨ ਆਉਂਦੇ ਸੀ ਤੇ ਹਜੂਰ ਦੇ ਕੋਲ ਉਸ ਵੇਲੇ ਦਾਸ ਹੁੰਦਾ ਸੀ ਕਿਉਂ ਕਿ ਜਦੋਂ ਮਹਾਰਾਜ ਜੀ ਉੱਠਦੇ ਸੀ ਇੰਡੀਆ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਕਿ ਹੁਣ ਮਹਾਰਾਜ ਉੱਠ ਗਿਆ ਤੇ ਜਿੰਨੇ ਵੀ ਕੋਈ ਫੋਨ ਕਰਨਾ ਹੁੰਦਾ ਸੀ ਉਸ ਟਾਈਮ ਤੇ ਫੋਨ ਕਰਦਾ ਸੀਗਾ ਕਿ ਉਸ ਤੋਂ ਬਾਅਦ ਮਹਾਰਾਜ Satsang ਤੇ ਚਲੇ ਜਾਂਦੇ ਸੀਗੇ ਤੇ ਉਦੋਂ ਮਹਾਰਾਜ ਜੀ ਕੋਈ ਫੋਨ ਨਹੀਂ ਸੁਣਦੇ ਸੀ ਕੋਈ ਮੋਬਾਈਲ ਨਹੀਂ ਨਾ ਰੱਖਦੇ ਸੀ हां हयूर महाराज जी दी गड्डी ਦੇ ਵਿੱਚ ਉਸ ਟਾਈਮ ਤੇ ਮੋਬਾਈਲ ਫੋਨ ਲੱਗਾ ਹੁੰਦਾ ਸੀਗਾ ਉਹ ਵੀ ਜਦੋਂ ਕਿਤੇ ਐਮਰਜੈਂਸੀ ਹੋਵੇ ਤੇ ਜਦੋਂ ਮਹਾਰਾਜ ਜੀ ਉੱਠਦੇ ਸੀ ਤੇ ਫਿਰ ਦਾਸ ਨੂੰ ਬੁਲਾ ਲੈਂਦੇ ਸੀ ਤੇ ਦਾਸ ਉਹਨਾਂ ਦੇ ਕੋਲ ਹੁੰਦਾ ਸੀ ਜਿਸ ਦਾ ਆਪ ਨੂੰ ਕਿਹਾ ਕਿ ਮਹਾਰਾਜ ਜੀ ਨੂੰ ਐਕਸਰਸਾਈਜ਼ ਕਰਨੀ ਵਰਜਿਸ ਕਰਨੀ ਇਹ ਬਹੁਤ ਸ਼ੌਂਕ ਸੀਗਾ ਤੇ ਦਾਸ ਨੂੰ ਇਹ ਡਿਊਟੀ ਨਾਲ ਉਹਨਾਂ ਨੇ ਮੌਕਾ ਮਿਲਿਆ ਸੀਗਾ ਪਤਾ ਨਹੀਂ ਕਿਉਂ ਉਹਨਾਂ ਮੇਰੇ 'ਚ ਕੀ ਦੇਖਿਆ ਹੋਰ ਬੜੇ ਨਹੀਂ ਸੱਜਣ ਪਿਆਰੇ ਪਰ ਕਿਉਂ ਇਹ ਦਾਸ ਨੂੰ ਮੌਕਾ ਮਿਲਿਆ ਮੈਂ ਬਹੁਤ ਧੰਨਵਾਦ ਆ ਹਜੂਰ ਦਾ ਕਿ ਮੇਰੇ ਇਦਾਂ ਦੇ ਕਰਮ ਨਹੀਂ ਹੈਗੇ ਪਰ ਉਹਨੇ ਮੈਨੂੰ ਇਦਾਂ ਦਾ ਮੌਕਾ ਦਿੱਤਾ ਆਪਣੇ ਨਾਲ ਇਹ ਪਰਸਨਲ ਟਾਈਮ ਗੁਜ਼ਾਰਨ ਦਾ ਤੇ ਉਸ ਵੇਲੇ ਫਿਰ ਫੋਨ ਆਉਂਦੇ ਸੀ ਤੇ ਹਰ ਆਪਣੀਆਂ ਸ਼ਿਕਾਇਤਾਂ ਸ਼ਿਕਵੇ ਕਰਿਆ ਕਰਦੇ ਸੀ ਸਾਰੇ ਜਣੇ ਜਿੰਨੇ ਵੀ ਇੰਡੀਆ ਤੋਂ ਮੇਨ ਹੈਗੇ ਨੇ ਤੇ ਪਰ ਐਸ ਖਾਨ ਸੁਣੀਦਾ ਸੀ ਤੇ ਐਸ ਖਾਨ ਨਿਕਲ ਜਾਂਦਾ ਸੀਗਾ ਤੇ ਮਨ ਵੀ ਦੁੱਖਦਾ ਸੀਗਾ ਕਿ ਇੱਕ ਰੱਬ ਨੂੰ ਕਿਦਾਂ ਦੀਆਂ ਗੱਲਾਂ ਪੁੱਛਦੇ ਆ ਕਿਦਾਂ ਦੀਆਂ ਗੱਲਾਂ ਕਹਿੰਦੇ ਆ ਠੀਕ ਨਹੀਂ ਹੈਗਾ ਪਰ ਜਿੱਦਾਂ ਮੈਂ ਕਿਹਾ ਕਿ ਇਨਸਾਨੀਅਤ ਤੌਰ ਤੇ ਜੱਗੀ ਤੌਰ ਤੇ ਇਹ ਚੀਜ਼ਾਂ ਹੁੰਦੀਆਂ ਉਸ ਵੇਲੇ ਫਿਰ ਮਹਾਰਾਜ ਜੀ ਨੇ ਇੱਕ ਸ਼ਬਦ ਇੱਕ ਗੀਤ ਲਿਖਿਆ ਅੱਜ ਸਾਹਮਣੇ ਬੈਠ ਕੇ ਮਾਏ ਨਹੀਂ ਕੋਸ ਸ਼ਿਕਵੇ ਕਰਨੋਂ ਦਿਲ ਕਰਦਾ ਹੁਈਆ ਮੂਦਤਾ ਕੋਲ ਬੈਠਿਆਂ ਨੂੰ ਹੁਣ ਕੋਲ ਬੈਠਣ ਨੂੰ ਜੀ ਕਰਦਾ ਅੱਜ ਸਾਹਮਣੇ ਬੈਠ ਕੇ ਮਾਇਨੀ ਕੁਝ ਸ਼ਿਕਵੇ ਕਰਨ ਨੂੰ ਜੀ ਕਰਦਾ ਮੇਰੇ ਦੁੱਖ ਤੇ ਕਦੇ ਤੂੰ ਸੁਣੇ ਨਹੀਂ ਤੂੰ ਹਮੇਸ਼ਾ ਮੈਨੂੰ ਦੁਤਕਾਰਿਆ ਏ ਤੇਰੇ ਹਿਜਰੇ ਤੇਰੇ ਵਿਛੋੜਿਆ ਨਾ ਸੋ ਮੈਨੂੰ ਪੂਰਾ ਐਸ ਵਲੇ ਨਹੀਂ ਯਾਦ ਮੈਂ ਥੋੜਾ ਭਾਵਕ ਹੋ ਗਿਆ ਸੋ ਇਹ ਗੀਤ ਵੀ ਮਹਾਰਾਜ ਜੀ ਨੇ ਲਿਖਿਆ ਇਹ ਗੀਤ ਨਹੀਂ ਮਹਾਰਾਜ ਜੀ ਨੇ ਆਪਣੇ ਮਨ ਦੀ ਆਵਾਜ਼ ਲਿਖੀ ਕਿ ਸ਼ਾਇਦ ਅਸੀਂ ਲੋਕੀ ਸੁਣੀਏ ਤੇ ਸਮਝ ਜਾਈਏ ਤੇ ਇਹ ਬਹੁਤ ਘੱਟ ਗਾਇਆ ਜਾਂਦਾ ਤੇ ਆਪ ਜੀ ਨੂੰ ਕਦੇ ਟਾਈਮ ਲੱਗੇ ਤੇ ਪੂਰਾ ਸੁਣਨਾ YouTube ਤੇ ਵੀ ਹੈਗਾ ਤੇ ਆਪ ਜੀ ਨੂੰ ਪਤਾ ਲੱਗੇਗਾ ਕਿ ਉਹ ਮਹਾਰਾਜ ਦੇ ਅੰਦਰ ਦੀ ਦਸ਼ਾ ਇੱਕ ਰੱਬੀ ਰੂਪ ਨਹੀਂ ਇੱਕ ਜੱਗੀ ਰੂਪ ਕਿ ਕਿਸ ਤਰ੍ਹਾਂ ਸੀ ਉਹਨਾਂ ਦਾ ਬਹੁਤ ਦਿਲ ਕਰਦਾ ਸੀ ਕੋਈ ਇੰਡੀਆ ਆਨ ਆ ਕੇ ਆਪਣੇ ਸੇਵਕਾਂ ਨੂੰ ਮਿਲਣ ਆਪਣੇ ਪਰਿਵਾਰ ਫੈਮਿਲੀ ਨੂੰ ਮਿਲਣ ਬੱਚਿਆਂ ਨੂੰ ਮਿਲਣ ਸੱਜਣਾ ਨੂੰ ਮਿਲਣ ਪਰ ਉਹ ਕੀ ਰੋਕ ਸੀਗੀ ਕਿਉਂ ਸੀਗਾ ਕਿ ਉਹਨਾਂ ਨੂੰ ਉੱਥੇ ਨਹੀਂ ਆਂ ਦਿੱਤਾ ਗਿਆ ਕਿ ਅਜੇ ਸਮਾਂ ਨਹੀਂ ਅਜੇ ਠੀਕ ਨਹੀਂ ਅਜੇ ਸਾਡੇ ਕੋਲ ਜਗ੍ਹਾ ਨਹੀਂ ਕਿੰਨੀਆਂ ਕਹਾਣੀਆਂ ਕਿੰਨੀਆਂ ਸਟੋਰੀਆਂ ਨੇ ਪਰ ਮਹਾਰਾਜੀ ਨਹੀਂ ਜਾ ਸਕਿਆ ਸੋ ਐਸੇ ਜੋ ਥਾਤੇ ਸ਼ਾਂਤੇ ਵਿੱਚ ਬੈਠਾ ਜਿਸ ਦੀ ਮਾਪ ਜੀ ਨੂੰ ਗੱਲ ਕਰ ਰਿਹਾ ਭਾਗਾ ਵਾਲਾ ਸਮਝਦਾ ਮੈਂ ਕਿ ਮੈਨੂੰ ਅੱਜ ਫਿਰ ਇੱਥੇ ਬੈਠ ਕੇ ਮੁੱਖਾ ਮਿਲਿਆ ਤੇ ਆਪ ਜੀ ਜੋ ਮਹਾਰਾਜੀ ਦੇ ਸ਼ਬਦ ਸੁਣਿਆ ਕਰਦੇ ਬਹੁਤ ਸ਼ਬਦ ਅਜੋ ਮਹਾਰਾਜ ਇੱਥੇ ਉਚਾਰੇ ਫਿਰ ਉਸ ਟਾਈਮ ਤੇ ਬਲਵਿੰਦਰ ਦਾਸ ਬਲਵਿੰਦਰ ਜੀ ਹਜੂਰੀ ਰਾਗੀ ਤੇ ਦਾਸ ਕੋਮਲ ਜੀ ਹਰਬੰਸ ਕੋਮਲ ਹਜੂਰੀ ਰਾਗੀ ਉਹ ਦੋਨਾਂ ਨੂੰ ਮਹਾਰਾਜ ਜੀ ਨੇ ਉਸ ਟਾਈਮ ਤੇ ਇੱਥੇ ਹੀ ਬੁਲਾ ਲਿਆ ਸੀ ਔਰ ਜਦੋਂ ਮਹਾਰਾਜ ਜੀ ਨੇ ਗੀਤ ਲਿਖ ਲੈਣਾ ਸ਼ਬਦ ਲਿਖ ਲੈਣਾ ਕਵਾਲੀ ਲਿਖ ਲੈਣੀ ਤੇ ਹਜੂਰ ਮਹਾਰਾਜ ਜੀ ਨੇ ਉਹਨਾਂ ਨੂੰ ਬੁਲਾ ਲੈਣਾ ਇੱਥੇ ਫਿਰ ਥੱਲੇ ਬੈਠ ਕੇ ਇੱਥੇ ਇਸ ਜਗ੍ਹਾ ਤੇ ਤੇ ਜਾਂ ਆ ਕਈ ਵਾਰੀ ਆਪਣੇ ਉੱਪਰ ਬੈਡਰੂਮ 'ਚ ਬੈਠ ਕੇ ਫਿਰ ਮਹਾਰਾਜ ਜੀ ਨੇ ਕਹਿਣਾ ਇਹਦੀ ਤਰਜ ਬਣਾਓ ਫੇ ਇਹਦੀ ਤਰਜ ਬਣਾਣੀ ਫੇ ਜਿਹੜੀ ਮਹਾਰਾਜ ਨੂੰ ਸੈਟ ਲੱਗਣੀ ਉਹ ਉਹਦੀ ਤਰਜ ਬਣ ਜਾਣੀ ਫਿਰ ਮਹਾਰਾਜ ਜੀ ਨੇ ਇਹਨੂੰ ਸੰਗਤ ਦੇ ਵਿੱਚ ਗਾਣਾ ਜਦੋਂ ਕੀਰਤਨ ਹੋਣਾ ਜਿਸ ਤਰ੍ਹਾਂ ਆਪ ਜੀ ਨੂੰ ਕਿਹਾ ਕਿ ਵੀਰਵਾਰ satsang ਨੇ ਕੀਰਤਨ ਹੋਇਆ ਕਰਦਾ ਸੀ ਤੇ ਇੱਥੇ ਵੀ ਹਜੂਰ ਮਹਾਰਾਜ ਜੀ ਬਾਹਰ ਸੱਤੇ ਦਿਨ ਜਾਂਦੇ ਸੀ ਪਰ ਵੀਰਵਾਰ ਵੈਲ ਦੇਣ ਇਸਤਮ ਨੇ ਐਡਮਿੰਟਨ ਐਡਮਿੰਟਨ ਦੇ ਵਿੱਚ ਖਾਸ ਕਰਕੇ ਹੋਇਆ ਕਰਦਾ ਸੀ ਉੱਥੇ ਕੀਰਤਨ ਹੋਇਆ ਕਰਦਾ ਸੀ ਕਵਾਲੀਆਂ ਹੋਈਆਂ ਕਰਦੇ ਸਤਸੰਗ ਨਹੀਂ ਹੋਇਆ ਕਰਦਾ ਸੀ ਤੇ ਉਦਾਂ ਬਚਨ ਬੋਲਾ ਸਮਾਰਜ ਕਰਦੇ ਸੀ ਤੇ ਫਿਰ ਮਹਾਰਾਜ ਜੀ ਇਹਨੂੰ ਗੁਣਗਾਨ ਕਰਦੇ ਸੀ ਤੇ ਸੈਟਰਡੇ ਸੰਡੇ ਜਦੋਂ ਵੱਡੇ ਸਤਸੰਗ ਹੁੰਦੇ ਸੀ ਸੈਟਰਡੇ ਹਮੇਸ਼ਾ ਆਪਣਾ ਵਰਮੀਗਮ ਦਰਬਾਰ ਉੱਥੇ ਸੰਗਤ ਆਂਦੀ ਸੀ ਫਿਰ ਉੱਥੇ ਮੁਸ਼ਾਇਰੇ ਹੁੰਦੇ ਸੀ ਸੋ ਬਲਵਿੰਦਰ ਤੇ ਕੋਮਲ ਬਾਜੀ ਉਹ ਇੱਥੇ ਇਹਨਾਂ ਦੀਆਂ ਚੂਨਾ ਕੱਢਦੇ ਹੁੰਦੇ ਸੀ ਸੋ ਬਹੁਤ ਸਾਰੇ ਆਪ ਜੀ ਦੇ ਗੀਤ ਸੁਨੇ ਹੋਣਗੇ ਇਕ ਹੋਰ ਹੈ ਇਕ ਵਾਲੀ ਮਹਾਰਾਜ ਜੀ ਨੇ ਜੋ ਲਿਖੀ ਸੀ ਮੇਰੇ ਦਿਲ ਦੇ ਅੰਦਰ ਨਾਦ ਵਜੇ ਹਰਦਮ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਮੇਰਾ ਵੀ ਤੂੰ ਕਰਦਾ ਚੋਲੀਆਂ ਵੀ ਤੂੰ ਪੜਦਾ ਸੋ ਉਹ ਜਿਹੜੀ ਕਵਾਲੀ ਹੈ ਹਜ਼ੂਰ ਮਹਾਰਾਜ ਜੀ ਕਹਿੰਦੇ ਸੀ ਜਦੋਂ ਵੀ ਮਸ਼ਹਹਰਾ ਕਿਤੇ ਹੋਵੇ ਤੇ ਉਹ ਪਹਿਲੋਂ ਗਾਈ ਜਾਵੇ ਕਿ ਉਹ ਇਸ ਲਈ ਹੈ ਕਿ ਉਹਦੇ ਵਿੱਚ ਇੱਕ ਇਹੋ ਜੀ ਮਹਾਰਾਜ ਜੀ ਦੀ ਰਹਿਮਤ ਹੈ ਕਿਰਪਾ ਹੈ ਕਿ ਜਿਹੜੀ ਸੰਗਤ ਐ ਸਰੋਤੇ ਐ ਉਹ ਇੱਕ ਉਸ ਲਹਿ ਤੇ ਵੱਜ ਜਾਂਦੇ ਨੇ ਉਹਨਾਂ ਨੂੰ ਸਰੂਰ ਆਣਾ ਸ਼ੁਰੂ ਹੋ ਜਾਂਦਾ ਕਿ ਮੇਰੇ ਦਿਲ ਦੇ ਅੰਦਰ ਨਾਦ ਵਜੇ ਹਰਦਮ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਿਸ ਤਰ੍ਹਾਂ ਹਜੂਰ ਨੇ ਕਿਹਾ ਕਿ ਕਿਤੇ ਵੀ ਜਦੋਂ ਕੀਰਤਨ ਦਰਬਾਰ ਹੋਵੇ ਤੇ ਮਹਾਰਾਜ ਜੀ ਨੇ ਪੰਜ ਸ਼ਬਦ ਦਿੱਤੇ ਐ ਕਿ ਪਹਿਲਾਂ ਉਹ ਪੰਜ ਸ਼ਬਦ ਗਾਏ ਜਾਣ ਤੇ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਵੇ ਜਾਂ ਮਸ਼ਹਹਰਾ ਹੋਵੇ ਸੋ ਇਹ ਚੀਜ਼ਾਂ ਸਾਰੀਆਂ ਹਜੂਰ ਮਹਾਰਾਜ ਜੀ ਨੇ ਇੱਥੇ ਹੀ ਲਾਗੂ ਕੀਤੀਆਂ ਇੰਗਲੈਂਡ ਦੇ ਵਿੱਚ ਔਰ ਆਪ ਜੀ ਨੂੰ ਦੱਸਿਆ ਕਿ ਬਹੁਤ ਜ਼ਿਆਦਾ ਜੋ ਪਾਣੀ ਹੈ ਇੱਥੇ ਹੀ ਉਹ ਇੰਡੀਆ ਤੋਂ ਬਾਦ ਰਚੀ ਗਈ ਇੱਕ ਕੋਮਲ ਜੀ ਨੇ ਦਾਸ ਕੋਮਲ ਜੀ ਨੇ ਸ਼ਬਦ ਲਿਖਿਆ ਸੀਗਾ ਜਿਹਦੇ ਤੇ ਉਹ ਸੀਗਾ ਕਿ ਤੇਰੇ ਦਰਬਾਰ ਤੇ ਆਇਆ ਤੇਰੇ ਨਾਮ ਦਾ دیਵਾਨਾ ਮੋਹੇ ਨਾ ਬੁਲਾਣਾ ਮੋਹੇ ਨਾ ਬੁਲਾਣਾ ਮਿੱਠੇ ਤੇਰੇ ਬੋਲ ਦਾਤਾ ਮਿੱਠੀ ਤੇਰੀ ਬਾਣੀ ਇੱਕ ਵਾਰ ਜੋ ਸੁਣ ਲੇ ਚੜ ਜਾਏ ਖੁਮਾਰੀ ਤੇ ਜਦੋਂ ਇਹ ਗਾਉਂਦੇ ਸੀ ਤੇ ਹਯੂਰ ਮਹਾਰਾਜ ਜੀ ਇੱਕ ਆਪਣੇ ਕੀ ਕਹਿੰਦੇ ਕਿ ਉੱਪਰਲੇ ਸੱਚਖੰਡ ਚ ਲਾ ਲੋ ਪਹੁੰਚ ਜਾਂਦੇ ਸੀ ਤੇ ਉਸ ਵੇਲੇ ਫਿਰ ਬਾਣੀ ਇਸ ਤਰ੍ਹਾਂ ਆਂਦੀ ਸੀ ਜਿਵੇਂ ਸਮਝ ਲਓ ਕਿਸੇ ਨੇ ਟੂਟੀ ਖੋਲ ਦਿੱਤੀ ਹੁੰਦੀ ਹੈ ਬਸ ਕਿੰਨੇ ਕਿੰਨੇ ਘੰਟੇ ਮਤਕੀ ਮਹਾਰਾਜ ਜੀ ਮੁੰਦਾ ਬਾਣੀ ਉਚਾਰਦੇ ਰਹਿੰਦੇ ਹੁੰਦੇ ਸੀ ਉਸ ਸਰੂਰ ਚ ਆ ਜਾਂਦੇ ਸੀ ਔਰ ਇਹ ਜੋ ਸ਼ਬਦ ਹੈ बार-बार ਰਿਪੀਟ ਜੁੰਦਰੇੰ ਦਾ ਸੀ ਸੋ ਅੱਜ ਦੇ ਲਈ ਇੰਨਾ ਹੀ ਮੇਰੇ ਕੋਲੋਂ ਅਗਰ ਕੋਈ ਗਲਤੀ ਹੋ ਗਈ ਹੋਏ ਤਾਂ ਮੈਂ ਮਾਫ ਚਾ ਮਾਫੀ ਚਾਹੁੰਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਸਭ ਕੁਝ ਮੈਨੂੰ ਨਹੀਂ ਪਤਾ ਜਿੰਨਾ ਮੈਨੂੰ ਪਤਾ ਮੈਂ ਆਪ ਜੀ ਦੇ ਅੱਗੇ ਉਤਾਰਦਾ ਸਮੇਂ ਦੇ ਨਾਲ ਥੋੜਾ ਬਹੁਤਾ ਇੱਧਰ ਉੱਧਰ ਹੋ ਸਕਦਾ ਤੇ ਜੋ ਮੈਂ ਆਪ ਜੀ ਨੂੰ ਨਾਮ ਹੀ ਲਏ ਆ ਕਿ ਜਿੰਨਾਂ ਦਾ ਇੱਥੇ ਸ਼ਾਦੀ ਹੋਈ ਅਗਰ ਉਹਨਾਂ ਨੂੰ ਕੋਈ ਇਸ ਬਾਰੇ ਕੋਈ ਕੋਈ ਗੁੱਸਾ ਲੱਗੇ ਤਾਂ ਮੈਂ ਮਾਫੀ ਚਾਹਦਾ ਤੇ ਇਹ ਪਰਿਵਾਰ ਜੋ 190 ਪਰਿਵਾਰ ਆਪ ਜੀ ਨੂੰ ਪਤਾ ਹੋਰ ਅਜੇ ਵੀ ਆਪ ਜੀ ਨੂੰ ਪਤਾ ਜਿਵੇਂ ਇਹ ਇੰਡੀਆ 'ਚ ਔਰ ਇੱਥੇ ਵੀ ਜਿੰਨੇ ਵੀ ਹੁਣ ਦਰਬਾਰ ਲਏ ਨੇ ਲੰਡਨ ਦਰਬਾਰ ਲਿਆ ਔਰ ਦਰਬਾਰ ਲਏ ਨੇ ਕਦੀ ਵੀ ਇਹ ਪਿੱਛੇ ਨਹੀਂ ਹਟੇ ਜੋ ਕਹਤਾ ਹਜੂਰ ਨੇ ਅੱਜ ਤੱਕ ਵੀ ਉਹਦੇ ਇਹਨਾਂ ਨੇ ਪੂਰਾ ਕੀਤਾ ਔਰ ਕਰ ਰਹੇ ਨੇ ਇੱਕ ਕਦੀ ਜਿਤਾਣਾ ਨਹੀਂ ਚਾਹੁੰਦੇ ਔਰ ਕਰ ਰਹੇ ਨੇ ਇਹ ਮਹਾਰਾਜ ਜੀ ਦਾ ਲਾਇਆ ਦਰਸ਼ਨ ਦਾ ਜਦਾ ਬੂਟਾ ਸੱਚਖੰਡ ਨਾਨਕ ਤਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਤਨ ਗੁਰਦਸ਼ ਮਹਾਰਾਜ ਜੀ ਰਹਿਮਤ ਕਰੋ ਕਿਰਪਾ ਕਰੋ ਸਭ ਤੇ ਅਸੀਂ ਇੱਕ ਹੋ ਜਾਈਏ ਆਪ ਜੀ ਦਾ ਨਾਮ ਜਪੀਏ ਔਰ ਗਲਤੀਆਂ ਨਾ ਕਰੀਏ ਮਹਾਰਾਜ ਜੀ ਕਿਰਪਾ ਕਰੋ ਸਾਡੇ ਓਗਣਾਂ ਜਿਤਾਣਾ ਦਾਤਾ ਜੀ ਸਾਡੇ ਅੰਦਰੋਂ ਜੋ ਇੱਕ ਦੂਜੇ ਦੇ ਪ੍ਰਤੀ ਕੁਝ ਵੀ ਹੋਵੇ ਉਹਨੂੰ ਪਾਰ ਕਰਕੇ ਪਿਆਰ ਪਰਦੋ ਦਤਾ ਪਿਆਰ ਪਰਦੋ ਸਾਰੇ ਵਿੱਚ ਸਾਨੂੰ ਪਿਆਰ ਪਰਦੋ ਜਿੱਥੇ ਵੀ ਆਪ ਦਾ ਸੇਵਕ ਮਿਲੇ ਉਹਦਾ ਸਤਿਕਾਰ ਕਰੀਏ ਉਹਦਾ ਆਦਬ ਕਰੀਏ ਉਹਨੂੰ ਪਿਆਰ ਨਾ ਮਿਲੀਏ ਵਗ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ